ਅਸੀਂ ਅੱਜ ਪਹੁੰਚੇ ਹਾਂ ਪਟਿਆਲਾ ਸਮਾਣਾ ਹਾਈਵੇ 'ਤੇ, ਜਿੱਥੇ ਕਿ ਸੀਐਮ ਭਗਵੰਤ ਮਾਨ ਜੀ ਨੇ ਇੱਕ ਹੋਰ ਟੋਲ ਪਲਾਜ਼ਾ ਬੰਦ ਕੀਤਾ ਹੈ, ਅਤੇ ਨਾਲ ਹੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਆਓ ਦੇਖਦੇ ਹਾਂ ਕੀ ਕਹਿ ਰਹੇ ਸੀਐਮ ਭਗਵੰਤ ਮਾਨ। ਜੇ ਮੀਡੀਆ ਵਾਲੇ ਵੀਰ ਬੈਠ ਜਾਣ ਤਾਂ ਮੈਂ ਬੈਠ ਸਕਦਾ, ਕਿਉਂਕਿ ਫਿਰ ਪਿੱਛੇ ਨਜ਼ਰ ਆਉਣ ਲੱਗ ਜੂਗਾ ਸਰ। ਕੈਮਰਾ ਰਹਿਣ ਦਿਓ, ਇੱਦਾਂ ਕੈਮਰਾ ਇੱਦਾਂ। ਮੈਂ ਪੁਲਿਸ ਬਾਰੇ ਵੀਰਾਂ ਨੂੰ ਬੇਨਤੀ ਕਰਦਾ। ਹੈਲੋ ਹੈਲੋ, ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ ਮਾਣਯੋਗ ਚੇਤਨ ਸਿੰਘ ਜੋੜਮਾਜਰਾ ਜੀ, ਤੁਹਾਡੇ ਹਲਕੇ ਦੇ ਚੁਣੇ ਹੋਏ ਨੁਮਾਇੰਦੇ, ਇਸ ਤੋਂ ਇਲਾਵਾ PWD ਅਤੇ ਬਿਜਲੀ ਦੇ ਮੰਤਰੀ ਹਰਭਜਨ ਸਿੰਘ ਜੀ, ਜਿਹੜੇ ਕਿ ਮਾਝੇ ਤੋਂ ਚੁਣੇ ਹੋਏ ਨੁਮਾਇੰਦੇ ਨੇ ਅਤੇ ਪੰਜਾਬ ਦੇ ਮੰਤਰੀ ਨੇ, ਸ਼ਤਰਾਣੇ ਤੋਂ MLA ਕੁਲਵੰਤ ਬਾਜੀਗਰ ਜੀ, ਕਬੱਡੀ ਦੇ ਬਹੁਤ ਨਾਮੀ ਪਲੇਅਰ ਅਤੇ ਅੱਜ ਕੱਲ੍ਹ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਧਾਕੜਾਂ ਨੂੰ ਹੱਥ ਛੱਡਵੀਂ ਕੈਂਚੀ ਲਾਉਣ ਵਾਲੇ ਅਤੇ ਇਮਾਨਦਾਰੀ ਦੀਆਂ ਧੌਲਾਂ ਮਾਰਨ ਵਾਲੇ ਗੁਲਾਲ ਘਨੌਰ ਜੀ, ਪਟਿਆਲਾ ਸ਼ਹਿਰ ਜਿਹੜਾ ਕਿ ਪਹਿਲਾਂ ਇੱਕੋ ਪਰਿਵਾਰ ਨੇ ਠੇਕੇ 'ਤੇ ਲੈ ਰੱਖਿਆ ਸੀ ਕਿ ਇੱਥੋਂ ਅਸੀਂ ਵੀ ਜਿੱਤਦੇ ਹੁੰਦੇ ਹਾਂ, ਉਹ ਮਿੱਥ ਤੋੜਨ ਵਾਲੇ ਅਜੀਤ ਪਾਲ ਕੋਹਲੀ ਜੀ MLA ਪਟਿਆਲਾ, ਹਰਜੋਤ ਹਡਾਣਾ ਜੀ PRTC ਦੇ ਚੇਅਰਮੈਨ ਨੇ, ਪੰਨੂ ਸਾਹਿਬ ਮੀਡੀਆ ਦੇਖਦੇ ਨੇ, ਇਸ ਤੋਂ ਇਲਾਵਾ ਸਾਡੀ ਪਾਰਟੀ ਦੇ ਦਰਜਾ ਬਦਰਜਾ ਅਹੁਦੇਦਾਰ ਸਾਹਿਬਾਨ, ਵਲੰਟੀਅਰ ਸਾਹਿਬਾਨ, ਪ੍ਰਸ਼ਾਸਨ ਪਟਿਆਲਾ ਜ਼ਿਲ੍ਹੇ ਦਾ, ਪੁਲਿਸ ਪ੍ਰਸ਼ਾਸਨ ਅਤੇ ਪੱਤਰਕਾਰ ਸਾਹਿਬਾਨ, ਚਾਹੇ ਉਹ ਸੋਸ਼ਲ ਮੀਡੀਆ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ, ਚਾਹੇ ਉਹ ਪ੍ਰਿੰਟ ਮੀਡੀਆ, ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਇਹ ਖਬਰ ਪਹੁੰਚਾਉਣੀ ਹੈ। ਮੇਰੇ ਸਾਹਮਣੇ ਬੈਠੇ ਮੇਰੇ ਰੀੜ੍ਹ ਦੀ ਹੱਡੀ ਪਾਰਟੀ ਦੇ, ਜਿਨ੍ਹਾਂ ਨੇ ਪੱਲਿਓ ਤੇਲ ਪਵਾ ਕੇ ਆਪਣੀਆਂ ਗੱਡੀਆਂ, ਕਾਰਾਂ, ਟਰੈਕਟਰ, ਮੋਟਰਸਾਈਕਲ ਸਾਡੀਆਂ ਗੱਡੀਆਂ ਦੇ ਅੱਗੇ ਲਾ ਕੇ ਸਾਡਾ ਹੌਸਲਾ ਵਧਾਇਆ, ਅਤੇ ਅਸੀਂ ਇਹਨਾਂ ਕਰਕੇ ਹੀ ਅੱਜ ਇਸ ਕਾਬਲ ਹੋਏ ਹਾਂ ਕਿ ਵਿਕਾਸ ਵਾਲੇ ਪਾਸੇ ਪੰਜਾਬ ਨੂੰ ਲੈ ਕੇ ਚੱਲੇ ਹਾਂ। ਵਲੰਟੀਅਰ ਸਾਹਿਬਾਨ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਕੋਈ ਸ਼ਕਤੀ ਰੈਲੀ ਨਹੀਂ, ਇਹ ਕੋਈ ਇਹ ਨਹੀਂ ਦਿਖਾਉਣਾ ਕਿ ਅਸੀਂ ਇਕੱਠ ਕਰਨਾ ਜਾਂ ਕੋਈ ਹੋਰ, ਇਹ ਤਾਂ ਇਹ ਦੱਸਣਾ ਕਿ ਇਹ ਕੰਮ ਪਹਿਲਾਂ ਵੀ ਹੋ ਸਕਦੇ ਸੀ ਜੇ ਨੀਤਾਂ ਸਹੀ ਹੁੰਦੀਆਂ। ਇਹ ਦੱਸਣ ਵਾਸਤੇ ਤੁਹਾਡੇ ਕੋਲ ਆਇਆ। ਇਹ ਨੌਵਾਂ ਟੋਲ ਪਲਾਜ਼ਾ ਹੈ ਜੀ, ਜਿਹੜਾ ਇੱਕ ਸਾਲ ਦੀ ਸਰਕਾਰ ਦੇ ਵਿੱਚ ਆਪਾਂ ਇਹਨੂੰ ਕਹਿ ਲਓ ਬੰਦ ਕਰਨ ਲੱਗਿਆ ਜਾਂ ਕਹਿ ਲਓ ਖੋਲਣ ਲੱਗਿਆ, ਕੰਪਨੀ ਵਾਸਤੇ ਬੰਦ ਕਰਨ ਲੱਗਿਆ, ਜਨਤਾ ਵਾਸਤੇ ਖੋਲਣ ਲੱਗਿਆ। ਮੈਂ ਹਰੇਕ ਟੋਲ ਪਲਾਜ਼ੇ ਦੇ ਉੱਤੇ ਜਾਂਦਾ, ਉਹਦੀ ਥੋੜ੍ਹੀ ਜਿਹੀ ਹਿਸਟਰੀ ਦੱਸਦਾ ਕਿ ਇਹ ਕਦੋਂ ਇਹਦਾ ਸਮਝੌਤਾ ਹੋਇਆ ਸੀ, ਕਦੋਂ ਇਹ ਲਾਗੂ ਹੋਇਆ ਸੀ, ਕਦੋਂ ਇਹਨਾਂ ਨੇ ਸਮਝੌਤੇ ਤੋੜੇ, ਕਦੋਂ ਇਹ ਪਹਿਲੀ ਵਾਰ ਬੰਦ ਹੋ ਸਕਦਾ ਸੀ, ਫਿਰ ਇਹਨੂੰ ਵਧਾਇਆ ਗਿਆ ਮਿਲ ਕੇ ਸਰਕਾਰਾਂ ਵੱਲੋਂ, ਕਦੋਂ ਇਹ ਦੂਜੀ ਵਾਰ ਵੀ ਬੰਦ ਹੋ ਸਕਦਾ ਸੀ, ਫਿਰ ਦੂਜੀ ਸਰਕਾਰ ਵੱਲੋਂ ਵਧਾਇਆ ਗਿਆ, ਤੇ ਜਦੋਂ ਸਾਡੇ ਕੋਲ ਆਇਆ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਬਿਸਤਰਾ ਆਪਣਾ ਚੱਕ ਲਓ, ਅਸੀਂ ਲੋਕਾਂ 'ਤੇ ਹੋਰ ਬੋਝ ਨਹੀਂ ਪਾਉਣਾ, ਅਸੀਂ ਲੋਕਾਂ ਦਾ ਕਰੋੜਾਂ ਰੁਪਇਆ ਬਚਾਉਣਾ। ਇਹ ਜਿਹੜਾ ਟੋਲ ਪਲਾਜ਼ਾ ਹੈ, ਇਹਦਾ ਸਮਝੌਤਾ 1-9-2005 ਨੂੰ ਹੋਇਆ ਸੀਗਾ ਜੀ, 16.5 ਸਾਲ ਦਾ ਸਮਝੌਤਾ ਸੀ। ਤੁਹਾਨੂੰ ਕਿਸੇ ਨੂੰ ਪੁੱਛਿਆ ਗਿਆ ਸੀ ਇਹ ਵੀ 16.5 ਸਾਲ ਵਾਸਤੇ ਲਾ ਲਈ? ਨਹੀਂ ਪੁੱਛਿਆ ਗਿਆ ਨਾ, ਤੁਹਾਨੂੰ ਤਾਂ ਉਦੋਂ ਪਤਾ ਲੱਗਿਆ ਜਿੱਥੇ ਪੈਸੇ ਲੈਣ ਲੱਗ ਗਏ, ਉਦੋਂ ਪਤਾ ਲੱਗਦਾ ਸੀ 5 ਰੁਪਏ ਹੋਰ ਵਧਾ ਤੇ, ਨਹੀਂ ਪੁੱਛਿਆ ਗਿਆ 16.5 ਸਾਲ ਵਾਸਤੇ, 16 ਸਾਲ। ਉਹ ਤੋਂ ਬਾਅਦ 1.6 ਕਰੋੜ ਦਾ, 48,000, 1.6 ਕਰੋੜ 48,000 ਦਾ ਡੈਮੇਜ ਕੰਟਰੋਲ ਵੀ ਪਾਇਆ ਗਿਆ, ਕਿਉਂਕਿ ਇਹਨਾਂ ਨੇ ਟਾਈਮ ਤੇ ਕੰਮ ਪੂਰੇ ਨਹੀਂ ਕੀਤੇ ਵੀ ਇਹ ਸੜਕ ਇੰਨੀ ਪਹਿਲੀ ਵਾਰ ਇੰਨੀ ਇੰਨੀ ਤਰੀਕ ਤੱਕ ਬਣਾਉਣੀ ਹੈ, ਉਹ ਪਾਤੜਾਂ ਤੱਕ ਹੈ, ਦੂਜੀ ਵਾਰ ਇੰਨੀ ਤਰੀਕ ਤੱਕ ਬਣਾਉਣੀ ਹੈ, ਐਂਬੂਲੈਂਸ ਇੱਥੇ ਰੱਖਣੀ ਹੈ, ਰਿਕਵਰੀ ਵਹੀਕਲ ਰੱਖਣੇ ਨੇ, ਕੋਈ ਐਕਸੀਡੈਂਟ ਹੋ ਜੇ, ਕੋਈ ਟਰੱਕ ਖਰਾਬ ਹੋ ਜੇ, ਨਾਲ ਦੀ ਨਾਲ ਉਹਨੂੰ ਚੱਕ ਕੇ ਸੜਕ ਤੋਂ ਪਰਲੇ ਪਾਸੇ ਕਰਨਾ, ਕੋਈ ਦਰਖਤ ਡਿੱਗ ਪਿਆ, ਕੱਖ ਨਹੀਂ ਕੀਤਾ ਜੀ ਇਹਨਾਂ ਨੇ। ਇਹ ਟੋਲ ਪਲਾਜ਼ਾ 2 ਵਾਰੀ ਮੌਕੇ ਆਏ ਸੀ ਸਾਡੇ ਪੁਰਖਿਆਂ ਕੋਲੇ, ਪੁਰਖੇ ਹੁੰਦੇ ਆ ਜਿਹੜੇ ਸਾਡੇ ਲਈ ਛੱਡ ਕੇ ਜਾਂਦੇ ਆ ਸਮਾਨ, ਕਿਸੇ ਦਾ ਬਾਪੂ ਜਿਹੜਾ ਉਹ ਸ਼ੋਰੂਮ
बैंक बैलेंस जा जमीना छड़ जांदा है किसे दा बापू गड्डियां छड़ जांदा है ते साडे वाले पुरखे सानू आहा छड़ के गए ने कर्जा छड़ के गए ने पंजाब ते ऊ पंजाब दे राखे कहांदे रहे 24/6/2013 नू एग्रीमेंट दी धारा मुताबक पहला ओवरले मतलब पहली बार सड़क दे उत्ते लुक पाउण दा काम ना करन बदले 24/6/2013 नू ए टोल प्लाजा बंद हो सकदा सी 10 साल पहले 10.5 साल नहीं कीता समझौता हो गया कंपनी कहिंदी इन्ने दिन होर वधा दो कहिंदे इन्ने दिन क्यों इन्ने दिन होर चक्को साडा हिस्सा दे लोकां दा की है लोकां दा पैसे दे की लंघना है दूजी ओवरले दे विच देरी होई 13 च तां फिर सरकार अपना इन्हां दी सी मंदबुद्धियां दी अपना सुखबीर बादल होरां दी उन्हां दी सी इन्हां ने वधाती समझो अच्छा होर देखो समझौता कांग्रेस बने होया ये रले हुए देखो किवें ने हुण समझौता रखा जिहड़ियां पूरियां एग्रीमेंट है वह कांग्रेस ने फाइनल किया है हिस्सा उन्हां दा भी चलता रहा बाद च आ गए 7 दे विच इह सुखबीर होरी समझौता फिर चली गया 13 दे विच रद्द हो सकदी सी कहिंदे ऐं क्यों रद्द करदे आ चलो चक्को इन्ने दिन होर चक्को दूजी बारे एग्रीमेंट 16 अक्टूबर 2018 नूं फिर रद्द हो सकदा सी टर्मीनेट कर सकदे सी वी तुसीं काम नहीं टाइम ते कीता समझौते मुताबक तुसीं सही नहीं उतर रहे चक्को अपना बोरी बिस्तरा उदों कांग्रेस की सरकार आ गई सी वो कहिंदे जदों हुण बेचारिआं ने साडा इन्ना साथ दित्ता है अकालीआं ने हुण असीं ना साथ देईए फिर नहीं करते जी बंद नहीं करते लोगों का की है लोगों की जेब च पैसे लुटी जाने फिर असी जो इन्हों नोटिस भेजा ये कोर्ट जा बड़े जी असी फिर बड़े वकील भेजे उसे कोर्ट के इन्हों की अर्जी खारिज हुई फिर इन्हों कहा आ जाओ हम आ लास्ट तरीक बनती है अज लास्ट तरीक है अज ये टोल प्लाजा सच्ची नीयत करके ते ईमानदार सरकार करके अज ये टोल प्लाजा खुल रहे ₹3,80,000 हर रोज का देखो 3,80,000 रुपया रोज का बचेगा जी लोगों का भावें तुसी सी भावें कोई इतों पात्रा नूं लंघदा सी खनौरी नूं लंघदा सी दिल्ली नूं जांदा सी भावें कोई हरियाणे नूं जांदा सी जाखल टोहाने नूं इतों लंघना पैंदा सी आउंदे जांदे तो पैसे लैंदे सी 3,80,000 रुपया एक दिन जे साडा माफिया बनाया हुंदा जी असी भी कहिंदे चक लो 400 दिन होर ते 250 दिन के पैसे पहला पहुँचा दो तुसी कड़ा रौला पाउणा सी कोई तुसी कड़ा उन्हां नूं पुछना सी भाई किन्ना चिर चलू इह पर लोकां दी सरकार आ गई असी लोक बन के जनता बन के इन्हां नूं पुछदे आं भाई किन्ना चिर चलू इह लुट किन्ना चिर चलू 19 तरीक नूं ऐं कर देंगे जी 19 तरीक नूं कोर्ट कर लूंगी जी सारियां कोर्टां कूटां च वड्डे वकील भेज के असी यह मामला जित के अज तुहाडे सामने बैठे हाँ साडा फर्ज बनता उन्होंने वकीलों को फीसा दिने असी सरकार ने रखे हुए ने कद बात रखे ने इसे काम बात रखे ने कि वह केस जित के देन सरकार एदू पहला वकील ही होर होंगे वकील ही कहते मैं आना ही नहीं उस दिन तू ही चक दो काम ऐ होंगे रहा इदू पहला ना हो गया फिर बेअदबी वाला चलान पेश इदू पहला ना हो गया असी किवें करता हूँ सारी साल च बाहर सो इस करके इस कंपनी नाल हजे तो पैसे लेने ने ऐ नहीं छड़दे सी जो इन्होंने नुकसान किया एग्रीमेंट तोड़ के वो पैसे भी लवेंगे लोड़ पई तां FIR भी करांगे क्योंकि इस कंपनी के पूरे मुल्क च टोल प्लाजे ने जे FIR करके असी इन्हां नूं ब्लैकलिस्ट कर दिए सारे मुल्क च इन्हां नूं ठेका नहीं मिलना कितने इन्हां दे कीते ने बंद पहला 2-2 हज़ार पुरकनी 9वां है अज्ज इह तुसी अच्छा ना थोनू किसी ने यह दसिया इस एग्रीमेंट मुताबक आले दुआले के 15 किलोमीटर के इस टोल प्लाजे के आले दुआले 15 किलोमीटर के रेडियस के जिन्हें भी पिंड पेंदे ने उन्होंने जेडे वहीकल ने उन्होंने जिहड़ियां गड्डियां ने RC तो पता लग जाता कि इस पिंड के नाम से दर्जा है उन्होंने 100 रुपये महीने का या 200 रुपये महीने का पास बनता है थोड़े पिंड का बनया जी पास कोई है जी
ਇਸੇ ਗੱਲ ਦੇ ਆਧਾਰ ਤੇ ਅੱਜ ਤੋਂ 10 ਸਾਲ ਪਹਿਲਾਂ ਇੱਕ ਟੋਲ ਪਲਾਜ਼ਾ ਬੰਦ ਹੋ ਸਕਦਾ। ਕਦੇ ਐਂਬੂਲੈਂਸ ਇੱਥੋਂ ਗਈ ਹੋਵੇ ਤੇ ਉਹਨੇ ਚੱਕ ਕੇ ਕੋਈ ਰਜਿੰਦਰਾ ਹਸਪਤਾਲ 'ਚ ਮਰੀਜ਼ ਪਹੁੰਚਾਇਆ ਹੋਵੇ, ਕਦੇ ਇੱਥੋਂ ਕੋਈ ਰਿਕਵਰੀ ਵੈਨ ਗਈ ਹੋਵੇ ਤੇ ਉਹਨੇ ਚੱਕ ਕੇ ਸਫੈਦਾ ਡਿੱਗ ਪਿਆ ਜਾਂ ਕੋਈ ਟਾਲੀ ਡਿੱਗ ਪਈ ਸੜਕ ਤੇ ਹਨੇਰੀ ਨਾਲ ਉਹ ਚੱਕੀ ਹੋਵੇ, ਜਾਂ ਕੋਈ ਐਕਸੀਡੈਂਟ ਹੋ ਗਿਆ ਉਹ ਕਲੀਅਰ ਕੀਤਾ ਹੋਵੇ। ਜਾਂ ਪੈਸੇ ਫੜੋ ਇੱਧਰੋਂ ਆਉਂਦਿਆਂ ਤੋਂ ਇੱਧਰੋਂ ਆਉਂਦੇ, ਔਰ ਇਹਨਾਂ ਨੂੰ ਵੀ ਐਂ ਸੀ ਵੀ ਇਹੀ ਦੋਨੇ ਸਰਕਾਰਾਂ ਚੱਲਣਗੀਆਂ, ਇਹਨਾਂ ਦੋਨਾਂ ਨਾਲ ਸੈਟਿੰਗ ਹੈ, ਇਹਨਾਂ ਨੂੰ ਇਹ ਨਹੀਂ ਪਤਾ ਸੀ ਤੀਜਾ ਮਹਿੰਦਰ ਮਾਠ ਦਾ ਮੁੰਡਾ ਵੀ ਪਿਆ ਜੀ। ਰੱਬ ਨੇ ਉਹਨੂੰ ਵੀ ਮੌਕਾ ਦੇਣਾ ਉਸੇ ਵਕਤ। ਸੋ ਇਸ ਕਰਕੇ ਇਹ ਨੌਵਾਂ ਹੈ ਪਰ ਆਖਰੀ ਨਹੀਂ। ਸਾਰਿਆਂ ਨੂੰ ਕਹਿਤਾ ਮੈਂ ਲਿਖੋ ਵੀ ਤਰੀਕ ਆਪਦੀ ਆਪਦੀ ਕਿ ਕਿੰਨੀ ਤਰੀਕ ਨੂੰ ਤੁਹਾਡਾ ਟੋਲ ਪਲਾਜ਼ਾ ਖਤਮ ਹੋ ਰਿਹਾ। ਉਹ ਤੋਂ ਇੱਕ ਦਿਨ ਵੀ ਵੱਧ ਮੰਗੋਗੇ ਨਾ, ਕਹਿੰਦੇ ਕਈ ਕਰੋਨਾ ਦੇ ਦਿਓ ਜੀ ਸਾਨੂੰ ਦਿਨ, ਸਾਨੂੰ ਜੀ 242 ਦਿਨ ਦਿਓ। ਇਹ ਇਹਨਾਂ ਦਿਨ ਕਹਿੰਦੇ ਨੇ, ਇਹ ਬਹੁਤ ਚਲਾਕ ਨੇ, ਸਾਲ ਨਹੀਂ ਕਹਿੰਦੇ ਦਿਨ ਕਹਿੰਦੇ ਨੇ। ਸਾਨੂੰ ਜੀ 411 ਦਿਨ ਦੇ ਦਿਓ, 2.25 ਸਾਲ ਹੋ ਗਏ। ਕਹਿੰਦੇ ਕਰੋਨਾ ਦੇ ਦਿਨ ਦਿਓ ਜੀ, ਅਸੀਂ ਕਰੋਨਾ ਸਾਰਿਆਂ 'ਤੇ ਆਇਆ ਸੀ। ਕਹਿੰਦੇ ਸਾਡੇ ਹੋਏ ਤਾਂ ਗੱਡੀਆਂ ਨਹੀਂ ਲੰਘੀਆਂ। ਮੈਂ ਕਿਹਾ ਸਰਕਾਰ ਨੇ ਪਾਬੰਦੀ ਲਾਈ ਸੀ ਜਾਂ ਮੋਦੀ ਤੋਂ ਲੈ ਲਓ, ਉਹਨਾਂ ਨੇ ਕਿਹਾ ਸੀ ਬਾਹਰ ਨਹੀਂ ਨਿਕਲਣਾ, ਨਾ ਤਾਂ ਸਾਡੇ 'ਤੇ ਪਾਬੰਦੀ ਲਾਤੀ ਵੀ ਬਾਹਰ ਨਹੀਂ ਨਿਕਲਣਾ, ਗੱਡੀ ਨਹੀਂ ਕੋਈ ਬਾਹਰ ਨਿਕਲੂਗੀ, ਨਾਲੇ ਗੱਡੀਆਂ ਦੀਆਂ ਕਿਸ਼ਤਾਂ ਲੈ ਗਏ, ਨਾਲੇ ਕਹਿੰਦੇ ਇਹਨੂੰ ਦਿਓ ਜੀ ਹੋਰ ਦਿਨ, ਹੁਣ ਇਹ ਵੱਧ ਟਾਈਮ ਲੈਣਗੇ ਕੋਈ ਕਰੋਨਾ ਵੇਲੇ ਤੁਸੀਂ ਗੱਡੀ ਬਾਹਰ ਨਹੀਂ ਕੱਢੀ, ਪੈਸੇ ਦਿਓ ਸਾਡੇ ਪੂਰੇ ਕਰੋ। ਅਤੇ ਕਰੋਨਾ ਸਾਡੇ ਇਕੱਲਿਆਂ 'ਤੇ ਆਇਆ ਸੀ, ਜਨਤਾ 'ਤੇ ਸਾਰਿਆਂ 'ਤੇ ਆਇਆ ਸੀ। ਇਟਸ ਐਕਟ ਆਫ ਗੋਡ, ਇਹ ਕੁਦਰਤੀ ਆਫਤ ਹੈ, ਇਹ ਉਹ ਐਗਰੀਮੈਂਟ 'ਚ ਲਿਖਿਆ ਹੋਇਆ ਕੁਦਰਤੀ ਆਫਤ, ਕੋਈ ਪੈਸਾ ਨਹੀਂ ਮੰਗ ਸਕਦੇ ਤੁਸੀਂ। ਪਰ ਜਿਹੜੀਆਂ ਕੁਦਰਤੀਆਂ ਆਫਤਾਂ ਆਪਾਂ ਨੂੰ ਪਹਿਲਾਂ ਭੇਜੀਆਂ ਸੀ ਸੁਖਬੀਰ ਬਾਦਲ ਵਰਗੀਆਂ, ਉਹ ਬੈਠੇ ਸੀ ਨਾ ਪਹਿਲਾਂ, ਉਹਨਾਂ ਨੇ ਨਹੀਂ ਵਧਣ ਦਿੱਤਾ। ਸੋ ਇਸ ਕਰਕੇ ਇਹ ਸਰਕਾਰ ਲੋਕਾਂ ਦੀ ਹੈ, ਤੁਹਾਡੀ ਹੈ, ਤੁਸੀਂ ਯਕੀਨ ਕਰਦੇ ਹੋ ਸਾਡੇ 'ਚ, ਤਾਂ ਕਰਕੇ ਅਸੀਂ ਇਹੋ ਜਿਹੇ ਕੰਮ ਕਰ ਰਹੇ ਹਾਂ। ਆਹ ਬਟਨ ਦੱਬਿਆ ਅੱਜ ਮੈਂ ਹਰ ਰੋਜ਼ ਇੱਕ ਦਿਨ 'ਚ 3 ਜਾਂ 4 ਬਟਨ ਦੱਬਦਾ, ਕਦੇ ਕਿਸੇ ਸੀਵਰੇਜ ਦਾ ਉਦਘਾਟਨ ਹੈ ਬਟਨ ਦੱਬ ਕੇ ਅੱਜ ਕੱਲ੍ਹ ਹੁੰਦੇ ਨੇ, ਕਦੇ ਕਹਿੰਦੇ ਨੇ ਆਹ ਬਟਨ ਦੱਬ ਦਿਓ ਜੀ ਆਹ ਸਕੂਲ ਦਾ ਉਦਘਾਟਨ ਹੋ ਜੂਗਾ, ਐਂ ਪਰਦਾ ਜਿਹਾ ਖੁੱਲ੍ਹ ਜਾਂਦਾ, ਕਦੇ ਕਹਿੰਦੇ ਨੇ ਜੀ ਆਹ ਬਟਨ ਦੱਬ ਦਿਓ, ਇਹਦੇ ਨਾਲ ਆਪਣਾ ਵੇਰਕਾ ਦਾ ਮਿਲਕ ਪਲਾਂਟ ਦਾ ਨਵਾਂ ਬਣਾਇਆ ਉਹ ਖੁੱਲ੍ਹ ਜੂਗਾ। ਮੈਂ 3-4 ਬਟਨ ਰੋਜ਼ ਦੱਬਦਾ, ਫਿਰ ਮੈਂ ਸੋਚਦਾ ਹੁੰਦਾ ਭਗਵੰਤ ਮਾਨਾ ਇਹ ਬਟਨ ਦੱਬਣ ਤੈਨੂੰ ਕਿਹਨੇ ਲਾਇਆ, ਕਿਉਂਕਿ 1.25 ਸਾਲ ਪਹਿਲਾਂ ਤੁਸੀਂ ਇੱਕ ਬਟਨ ਦੱਬਿਆ ਸੀ ਝਾੜੂ ਗਲਾ, ਉਹ ਬਟਨ ਦੱਬਣ ਕਰਕੇ ਮੈਂ ਇਹ ਬਟਨ ਦੱਬਦਾ। ਤੁਸੀਂ ਉਹ ਬਟਨ ਦੱਬਿਆ, ਤੁਸੀਂ ਇੱਕ ਵਾਰੀ ਦੱਬਿਆ, 5 ਸਾਲ ਹੁਣ ਮੈਂ ਦੱਬੂੰਗਾ ਤੁਹਾਡੇ ਹੱਕ ਵਾਲੇ ਬਟਨ ਜਿਹੜੇ ਤੁਹਾਡੇ ਹੱਕ ਚੱਲਣ। ਸਕੂਲ ਬਣਾ ਰਹੇ ਹਾਂ, ਮੁਹੱਲਾ ਕਲੀਨਿਕ ਬਣ ਰਹੇ ਨੇ, ਬਿਜਲੀ ਫ੍ਰੀ ਆ ਰਹੀ ਹੈ, ਬਿਜਲੀ ਆਉਣ ਦਾ ਕੋਈ ਪੈਸਾ ਨਹੀਂ ਦੇਣਾ, ਆਪਾਂ ਪੈਸੇ ਵੀ ਲਾ ਰਹੇ ਹਾਂ ਨਾਲ। ਵਿਰੋਧੀ ਪਾਰਟੀਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਇਹ ਕਿਹਾ ਦੱਸਿਆ ਉਹਨਾਂ ਨੂੰ ਭਾਈ ਐਕਸਾਈਜ਼ ਦੇ ਵਿੱਚੋਂ ਐਤਕੀ ਸਾਨੂੰ 2736 ਕਰੋੜ ਰੁਪਏ ਵੱਧ ਆ ਗਏ, ਪਹਿਲਾਂ ਨਾਲੋਂ ਸਾਡਾ ਫਾਇਦੇ 'ਚ ਆ ਗਿਆ, ਸਾਡੇ ਖਜ਼ਾਨੇ 'ਚ 2736 ਕਰੋੜ ਰੁਪਏ ਵੱਧ ਆ ਗਏ। ਕਹਿੰਦੇ ਨਾ ਜੀ ਐਵੇਂ ਕਹੀ ਜਾਂਦੇ ਨੇ, ਇਹਨੇ ਨਹੀਂ ਆਏ, ਘੱਟ ਆਏ ਨੇ। ਉਹ ਫਿਰ ਅਸੀਂ ਪੱਲਿਓਂ ਪਾਵਾਂਗੇ ਜੇ ਘੱਟ ਆ ਗਏ? ਸਗੋਂ ਜੇ ਅਸੀਂ ਘੱਟ ਦੱਸੀਏ ਫਿਰ ਤਾਂ ਕਰਨ ਵਿਰੋਧ ਵੀ ਘੱਟ ਦੱਸਦੇ ਨੇ ਆਏ ਤਾਂ ਵੱਧ ਨੇ, ਫਿਰ ਤਾਂ ਕਹਿ ਸਕਦੇ ਨੇ ਇਹ ਵੀ ਖਾਣਗੇ ਮੈਨੂੰ ਲੱਗਦਾ ਵਿੱਚੋਂ। ਅਸੀਂ ਕਹਿੰਦੇ 2736 ਕਰੋੜ ਆ ਗਏ, ਕਹਿੰਦੇ ਨਾ ਨਾ ਇੰਨੇ ਥੋੜ੍ਹੀ ਆ ਜਾਂਦੇ, ਆ ਗਏ ਅਸੀਂ ਕਹਿੰਦੇ ਹਾਂ, ਫਿਰ ਅਸੀਂ ਪੱਲਿਓਂ ਪਾਉਣੇ ਨੇ ਜੀ? ਉਹ ਲੋਕਾਂ ਦਾ ਪੈਸਾ, ਲੋਕਾਂ ਨੂੰ ਦੱਸਣਾ, ਇਸ ਕਰਕੇ ਇਹਨਾਂ 'ਤੇ ਯਕੀਨ ਚਕੂਨ ਨਾ ਕਰਿਓ। ਇਹ ਤਾਂ ਐਵੇਂ ਤੁਰੇ ਫਿਰਦੇ ਨੇ, ਇਹਨਾਂ ਨੂੰ ਇਹ ਦੁੱਖ ਨਹੀਂ ਹੈਗਾ ਕਿ ਸਾਡੀ ਸਰਕਾਰ ਨਹੀਂ ਆਈ, ਦੁੱਖ ਇਹ ਹੈ ਕਿ ਆਮ ਘਰਾਂ ਦੇ ਧੀਆਂ ਪੁੱਤ ਸਾਡੇ ਵਾਲੀਆਂ ਕੁਰਸੀਆਂ 'ਤੇ ਕਿਉਂ ਬਹਿ ਗਏ, ਬਸ ਆਮ ਕਿ ਇੱਥੇ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਨੇ, ਇਹ ਆਮ ਘਰਾਂ ਦੇ ਧੀਆਂ ਪੁੱਤ ਕਿਵੇਂ ਮੰਤਰੀ ਬਣ ਗਏ, ਮੁੱਖ ਮੰਤਰੀ ਬਣ ਗਏ? ਸੋ ਇਹਨਾਂ 'ਤੇ ਕੋਈ ਯਕੀਨ ਨਾ ਕਰਿਓ। ਸਰਕਾਰਾਂ ਕੋਲ ਕੋਈ ਪੈਸੇ ਦੀ ਘਾਟ ਨਹੀਂ ਹੁੰਦੀ ਵੀਰੋ, ਨੀਤ ਸੱਚੀ ਹੋਣੀ ਚਾਹੀਦੀ ਹੈ। ਸਰਕਾਰ ਕਰਜ਼ਾ ਵੀ ਲਾ ਰਹੀ ਹੈ, ਆਹ ਦੇਖ ਲਓ ਉਹ ਲੰਘਦੇ ਨੇ ਟਰੱਕ ਥਰਡ ਥਰਡ ਕਰਦੇ, ਆਨੀ ਆ ਉਹ ਵੱਡਾ ਟਰੱਕ ਜਾਂਦਾ 18 ਟਾਇਰ ਹੈ, ਮੰਨ ਲੱਗਦਾ 7-8 ਸੌ ਦੇਣਾ ਪੈਣਾ ਸੀ ਵਿਚਾਰੇ ਨੂੰ। ਨਾਲੇ ਆਹ ਜਿਹੜਾ ਬਣਾਇਆ ਇਹ ਵੀ ਆਪਣੇ ਹੀ ਆ ਹੁਣ, ਹਾਂ ਇੱਥੇ ਕੋਈ ਦਫ਼ਤਰ ਦੁਫ਼ਤਰ ਖੋਲਾਂਗੇ ਹੋਰ ਹੋਰ ਹੈ ਜੀ, ਹਾਂ ਇੱਥੇ ਕੋਈ ਪੋਸਟਾਂ ਪੁਸਟਾਂ ਨਾਕੇ ਨੁਕੇ ਲਾਉਣ ਵਾਸਤੇ ਬਣਾਓ ਜੀ, ਇਹ ਖੰਭੇ ਖੁੰਭੇ ਸਾਰੇ ਆਪਣੇ ਨੇ ਹੁਣ, ਹਾਂ ਵਧੀਆ ਤਰੀਕੇ ਨਾਲ ਵਰਤੋ ਇਹਨੂੰ, ਇਹਨਾਂ ਨੇ ਦਫ਼ਤਰ ਜਾ ਵੀ ਬਣਾਇਆ ਹੋਣਾ, ਆਪਣਾ ਬਤਾਓ ਵਧੀਆ ਹੈਗਾ, ਹਾਂ ਏ ਸੀ ਉਸ ਲਾਏ ਹੋਣੇ ਇਹਨਾਂ ਨੇ ਸਾਰੇ ਆਪਣੇ ਨੇ।
ट्रैफिक रुकता बनाओ, लोगों वास्ते सुविधा केंद्र बनाओ, इतने सूचना सेंटर बनाओ, जो कोई पूछना आ जाए इतने कोई पानी का हवा का टायर का कोई प्रबंध करो, ट्रैफिक जान का एंबूलेंस कराओ। मैं तो कहना फर्स्ट एड का सेंटर इतने बनाओ, प्रेस क्लब हूँ सड़क से बनाओगे थोनू उ लेके जावे शहर च, वो थोनू शहर च ले जाएंगे। प्रेस क्लब होना सड़क से चंगे लग रहे यार, पत्रकार पत्रकार सड़क से चंगे लगते हैं, उत्थे जिथे कहोगे उत्थे प्रेस क्लब बना। संगरूर बनाता देखो असं बरनाले बनाया है, बहुत वधिया थोड़े को भी आवेंगे, तुम लिखी जाया करो साढ़े हक पटियाले भी देवे, मिनी सैक्रेटरीएट जो बन रहा उस सारा समाने भी समाने बन रहा है। 7 करोड़ 33 लाख मैंने मंत्री साहब ने दसिया मिनी उस मिनी सैक्रेटरीएट च प्रेस का प्रोपर क्लब बनूगा, प्रेस कॉन्फ्रेंस करने वास्ते प्रोपर रूम बनूगा। तो आ होना जिम्मे आप बैठे इदा, ये तो चलो हम टैंपरेरी करना पै गया, आप प्रॉपर बजे थे वो पहला दे रहे थे ना एप्लीकेशन, नहीं एप्लीकेशन हूँ दी हूँ वाली तो लागू हो जाए, पहला नहीं तो महल दियाँ कंधा उच्चिया से। एक मिनट अच्छ पत्रकार मंग दे दस रहे, नौ तो हो गए अगे जिदी जिदी बारी अगे तेरे भाग लछिए एक एक जाना एक जाना प्रेस क्लब बिल्कुल जरूरी नहीं नहीं मिनी सैक्रेटरीएट दे विच प्रॉपर एक प्रेस नूं जगह देवांगे प्रॉपर ओ मतलब ओ समाने वाले नूं इत्थे होऊगा समान समाने वाले नूं इत्थे होऊगा बिल्कुल क्लोज वाच रखी हुई है, कोई वर्दी वास्ते महंगी वर्दी ना कोई ऑर्डर करे, कोई किताबां दूरों ना लिखे जां किताबां ऐसे दुकान तो लैणी नहीं, ये ना लिखे मन मर्जी की फीस ना वधावे, साडे एजेंडे ते है। जिथे जिथे भी और एक मैं होर गल दस दिना, इस बार 8वीं 10वीं रिजल्ट हजे आने ने, 5वीं आ गए, 5वीं रिजल्टां तो बाद ही 1 लाख घट्टो घट 1,26,000 तो वध जिहड़े दाखले ने पिछले साल नालों 6वीं 7वीं 8वीं च हजे दाखले चलणगे 31 जुलाई तक, हुणे 5वीं रिजल्ट आने तो बाद लोगों का सरकारी स्कूलों का यकीन इन्ना बनता जा रहा है, 1.25 लाख बच्चा वध आ गया जी, 1.25 लाख। हजे 8वीं 10वीं रिजल्ट आने ये होर भी वधूगा, बहुत ज्यादा वधूगा, क्योंकि असं यकीन बहाल करना है सरकारी स्कूलों का कि लोगों को विश्वास हो जाए कि मेरे बच्चे इतने पढ़ के भी अफसर बनेंगे, जिमें दिल्ली के होया अरविंद केजरीवाल जी ने किया है कि प्राइवेटा चो हटा के लोग सरकारी चलाने लग गए, उही इतने करना है। करा जी करा, धन्यवाद जी। ये टोल प्लाजा बंद हो रहा जी, पहले ला दिओ। सो सारे मेरे कैबिनेट के साथी सारे जिन्हें भी MLA साहबान साढ़े पहुंचे ने मैं धन्यवाद करदा, और पत्रकार साहबानों भी उन्हों दी मंगा भी जायज़ ने, क्योंकि रिपोर्टिंग करनी है, रिपोर्टिंग वास्ते पहला तो एक प्रॉपर कंप्यूटर चाहिए, एक ऑफिस चाहिए, खबर एडिट करनी है, फिर उन्होंने लिखना है, फिर उन्हें प्रेस नोट तैयार करके उन्हों प्रेसी करके वो वधिया टाइटल दे के हैडलाइन दे के उन्होंने भेजना, टाइम पर भेजना अगे, क्योंकि अखबारों का ज टीवी का अजकल ये भी बहुत चलिया है ना, सबसे पहले हमने दिखाया है, सो उस चक्कर सब तो पहले भी भेजना पैंदा है, वो वास्ते तो 3G नहीं जिहड़ा लेटेस्ट 5G उत्थे जिहड़ा इंटरनेट भी मिलेगा, ताकि तुहानू कोई खबर पहुँचाने वास्ते कोई दिक्कत ना हो। मैं पता है मैं सारिया गल्लां जानदा, सो इस करके तुहाडा भी बहुत बहुत धन्यवाद है, तुसीं अपनी मंगां दस्सियां, इत्थों ही सिद्ध हुंदा कि तुसीं भी अपने आप नूं इस गल लई समाज का हिस्सा ही हो, असी कोई थोनू अपने कोई विरोधी या कोई वो नहीं मानते, असी कहने बिल्कुल सच दिखा दो, जे असी कुछ गलत कर रहे हैं बिल्कुल कमियां दसो, कमियां दसण वाला ही सब तो वधिया दोस्त होंदा थोड़ा, मान साहब कहने तो बहुत ने,
ਜਿਹੜਾ ਕਹੂਗਾ ਬਈ ਇੱਥੇ ਥੋੜਾ ਜਿਹਾ ਘੱਟ ਚੱਲ ਰਿਹਾ ਇਹਦੇ ਨਾਲ ਲੋਕ ਨਾਰਾਜ਼ ਹੋ ਰਹੇ ਨੇ ਆਹ ਕਰ ਲਓ ਉਹੀ ਵਧੀਆ ਦੋਸਤ ਹੈ ਜਿਹੜਾ ਕਮੀਆਂ ਦੱਸੂਗਾ ਸੋ ਤੁਸੀਂ ਮੀਡੀਆ ਜਿਹੜਾ ਮੈਂ ਕਦਰ ਕਰਦਾ ਉਹਦੀ ਤੁਸੀਂ ਹੈਲਦੀ ਕ੍ਰਿਟੀਸਿਜ਼ਮ ਕਰੋ ਸਾਨੂੰ ਸਰਕਾਰ ਦੀਆਂ ਕਮੀਆਂ ਦੱਸੋ ਸਾਡੇ ਮੰਤਰੀਆਂ ਨੂੰ ਦੱਸੋ ਸਾਡੇ ਖਬਰਾਂ ਤੁਹਾਡੀਆਂ ਪੜ੍ਹਦੇ ਹਾਂ ਅਸੀਂ ਸਾਰੀਆਂ ਆਉਂਦੀਆਂ ਸਾਡੇ ਕੋਲ ਉਹਨਾਂ ਕਮੀਆਂ ਨੂੰ ਦੂਰ ਕਰਕੇ ਅਸੀਂ ਹੋਰ ਵਧੀਆ ਸਮਾਜ ਸਿਰ ਸਕਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਮਿਹਰਬਾਨੀ ਹੈ ਅਤੇ ਇਸ ਟੋਲ ਪਲਾਜ਼ੇ ਤੋਂ ਪੱਤਰਕਾਰ ਪਹਿਲਾਂ ਪੱਤਰਕਾਰ ਫ੍ਰੀ ਨਹੀਂ ਸੀ ਨਾ ਆਪਾਂ ਟੋਲ ਪਲਾਜ਼ੇ ਫ੍ਰੀ ਕਰਤਾ ਬਸ